ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਲਈ ਆਪਣਾ ਪਸੰਦੀਦਾ ਪ੍ਰੋਗਰਾਮ ਲੈ ਕੇ ਜਿਸ ਦਾ ਨਾਮ ਹੈ ਬਿਬਲੀਕਲ ਗੇਮ ਸ਼ੋਅ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅਤੇ ਅੱਜ ਸਾਡੇ ਨਾਲ ਫਿਰ ਤੋਂ ਦੋ ਨਵੀਆਂ ਪੈਰਿਸ਼ਾਂ ਮੌਜੂਦ ਨੇ ਸੋ ਜੋ ਸਾਡੀ ਪਹਿਲੀ ਟੀਮ ਹੈ ਟੀਮ ਏ ਉਹ ਹੈ ਕਾਦੀਆਂ ਪੈਰਿਸ਼ ਅਤੇ ਉਸਦੇ ਮੈਂਬਰਸ ਨੇ ਹੋਲੀ ਫੈਮਿਲੀ ਕੋਂਗਰੀਗੇਸ਼ਨ ਦੇ ਸਿਸਟਰ ਮੈਰਿਸ ਮਿਸਿਸ ਕਿਰਨ ਅਤੇ ਮਿਸਟਰ ਬਲਦੇਵ ਸਹੋਤਾ ਅਤੇ ਜੋ ਸਾਡੇ ਨਾਲ ਦੂਸਰੀ ਟੀਮ ਹੈ ਟੀਮ ਬੀ ਉਸਦੇ ਵਿੱਚ ਹੈ ਮਕਸੂਦਾ ਪੈਰਿਸ਼ ਅਤੇ ਉਸਦੇ ਮੈਂਬਰਸ ਨੇ ਮਿਸਟਰ ਫਰਾਂਸਿਸ ਮਿਸਿਸ ਨੀਲਮ ਅਤੇ ਮਿਸ ਗਲੋਰੀਆ ਤੁਹਾਡਾ ਦੋਨਾਂ ਪੈਰਿਸ਼ਾਂ ਦਾ ਇੱਥੇ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਹੈ ਸੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਟੀਮ ਏ ਯਾਨੀ ਕਿ ਕਾਦੀਆਂ ਪੈਰਿਸ਼ ਦੇ ਵਿੱਚ ਸਾਡੇ ਨਾਲ ਅੱਜ ਇੱਕ ਸਿਸਟਰ ਨੇ ਸੋ ਸਭ ਤੋਂ ਪਹਿਲਾਂ ਅਸੀਂ ਸਿਸਟਰ ਜੀ ਦੇ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਇੱਥੇ ਆ ਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਅਤੇ ਉਹਨਾਂ ਦੀ ਕਿਹੋ ਜਿਹੀ ਤਿਆਰੀ ਹੈ ਮੈਨੂੰ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਪਹਿਲੀ ਵਾਰੀ ਸਕਰੀਨ ਦੇ ਸਾਹਮਣੇ ਆ ਕੇ ਕਿਸ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਨਾ ਹੈ ਔਰ ਕਿਸ ਤਰ੍ਹਾਂ ਪ੍ਰਭੂ ਦੀ ਮਹਿਮਾ ਦੇ ਲਈ ਆਪਣੇ ਆਪ ਵਿੱਚ ਤਿਆਰੀ ਕਰਨੀ ਹੈ ਉਹ ਸਾਰਾ ਅਸੀਂ ਮਤਲਬ ਕਿ ਮੇਰੇ ਲਈ ਇੱਕ ਸੁਨਹਿਰਾ ਮੌਕਾ ਹੈ ਪਹਿਲਾਂ ਵੀ ਮੈਂ ਚਾਹੁੰਦੀ ਸੀ ਕਿ ਮੈਂ ਕੁਛ ਪ੍ਰਭੂ ਦੇ ਬਾਰੇ ਜ਼ਿਆਦਾ ਜਾਣਕਾਰੀ ਮਤਲਬ ਕਿ ਵਚਨ ਦੇ ਦੁਆਰਾ ਸਕਰੀਨ ਦੇ ਦੁਆਰਾ ਥੋੜ੍ਹਾ ਆਪਣੇ ਨੌਲੇਜ 'ਚ ਵਾਧਾ ਕਰਾਂ ਅਤੇ ਅੱਜ ਮੇਰੇ ਲਈ ਇਹ ਮੌਕਾ ਹੈ ਕਿ ਮੈਂ ਆਪਣੇ ਨੌਲੇਜ ਵਿੱਚ ਕਿੰਨੀ ਕੁ ਜ਼ਿਆਦਾ ਮਤਲਬ ਕਿ ਮੈਨੂੰ ਜਾਣਕਾਰੀ ਹੈ
ਅਤੇ ਇੱਥੇ ਕੋਈ ਮੈਂ ਹਾਰ ਜਿੱਤ ਇਸ ਤਰ੍ਹਾਂ ਸੋਚ ਕੇ ਨਹੀਂ, ਪਰ ਪਰਮੇਸ਼ੁਰ ਦੀ ਮਹਿਮਾ ਦੇ ਲਈ ਬੜੀ ਖੁਸ਼ੀ ਦੇ ਨਾਲ ਮੈਂ ਇੱਥੇ ਆ ਕੇ ਇਸ ਪ੍ਰੋਗਰਾਮ ਵਿੱਚ ਪਾਰਟੀਸੀਪੇਸ਼ਨ ਕਰ ਰਹੀ ਹਾਂ, ਇਸ ਲਈ ਇਹ ਮੇਰੇ ਲਈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ। ਸੋ ਸਿਸਟਰ ਜੀ, ਤੁਹਾਡੀ ਖੁਸ਼ੀ ਤੁਹਾਡੇ ਚਿਹਰੇ ਤੋਂ ਅਸੀਂ ਮਹਿਸੂਸ ਵੀ ਕਰ ਸਕਦੇ ਹਾਂ। ਔਰ ਸਿਸਟਰ ਜੀ, ਤੁਸੀਂ ਇੱਕ ਆਮ ਲੋਕਾਂ ਵਾਸਤੇ ਇੰਸਪੀਰੇਸ਼ਨ ਹੋ, ਕਿਉਂਕਿ ਅਗਰ ਤੁਸੀਂ ਪਾਰਟੀਸਪੇਟ ਕਰ ਰਹੇ ਹੋ ਤਾਂ ਸਾਡੇ ਜੋ ਕਲੀਸਿਆ ਦੇ ਆਮ ਲੋਕ ਹਨ ਤੁਹਾਨੂੰ ਦੇਖ ਕੇ ਜ਼ਰੂਰ ਵੱਧ ਚੜ੍ਹ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਗੇ। ਸੋ ਬਹੁਤ ਹੀ ਵਧੀਆ। ਸੋ ਸਾਡੇ ਨਾਲ ਜੋ ਦੂਸਰੀ ਟੀਮ ਹੈ, ਮਕਸੂਦਾ ਪੈਰਿਸ਼, ਸੋ ਅਸੀਂ ਹੁਣ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਕਿਹੋ ਜਿਹੀ ਤਿਆਰੀ ਹੈ। ਅਸੀਂ ਜਦੋਂ ਇੱਥੇ ਆਏ ਸਾਂ ਅਤੇ ਸਾਡੀ ਕੋਈ ਐਡੀ ਖਾਸ ਤਿਆਰੀ ਨਹੀਂ ਸੀ, ਪਰ ਸਾਡੀ ਅਪੋਜੀਸ਼ਨ ਟੀਮ ਨੂੰ ਦੇਖ ਕੇ ਸਾਨੂੰ ਬਹੁਤ ਸਾਰੀ ਹਿੰਮਤ ਮਿਲ ਗਈ ਹੈ। ਸੋ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਥੋੜ੍ਹਾ ਮਜ਼ਬੂਤ ਸਮਝ ਰਹੇ ਹਾਂ ਇਸ ਵੇਲੇ। ਬਾਕੀ ਸਭ ਖੁਦਾ ਦੇ ਹੱਥ ਵਿੱਚ ਹੈ, ਔਰ ਖੁਦਾ ਦੀ ਮਹਿਮਾ ਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹਾਂ। ਅਤੇ ਅਸੀਂ ਖੁਦਾ ਦਾ ਧੰਨਵਾਦ ਕਰਦੇ ਹਾਂ ਕਿ ਖੁਦਾ ਨੇ ਸਾਨੂੰ ਇਹ ਮੌਕਾ ਬਖਸ਼ਿਆ ਕਿ ਅਸੀਂ ਸਕਰੀਨ ਦੇ ਉੱਤੇ ਆ ਕੇ ਖੁਦਾ ਦੀ ਮਹਿਮਾ ਕਰ ਸਕੀਏ। ਸੋ ਬਹੁਤ ਵਧੀਆ ਮਕਸੂਦਾ ਪੈਰਿਸ਼, ਕਿ ਸਾਨੂੰ ਇੱਕ ਦੂਸਰੇ ਨੂੰ ਦੇਖ ਕੇ ਹੌਂਸਲਾ ਮਿਲਦਾ ਹੈ। ਸੋ ਦੋਨੋਂ ਟੀਮ ਨੂੰ ਇੱਕ ਵਾਰ ਮੇਰੇ ਵੱਲੋਂ ਬੈਸਟ ਆਫ ਲੱਕ, ਅਤੇ ਤੁਸੀਂ ਆਪਣੇ ਮਨ ਦੇ ਵਿੱਚ ਕੋਈ ਵੀ ਹਾਰ ਜਿੱਤ ਵਾਲੀ ਗੱਲ ਨਹੀਂ ਰੱਖਣੀ, ਕਿਉਂਕਿ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਪਰਮੇਸ਼ਵਰ ਦੀ ਸਤੁਤੀ ਅਤੇ ਵਡਿਆਈ ਕਰਨ ਦੇ ਲਈ। ਸੋ ਦੋਨੋਂ ਟੀਮਸ ਰੈਡੀ? ਸੋ ਹੁਣ ਅਸੀਂ ਆਪਣਾ ਅੱਜ ਦਾ ਐਪੀਸੋਡ ਸ਼ੁਰੂ ਕਰਾਂਗੇ, ਅਤੇ ਇਸ ਐਪੀਸੋਡ ਦੇ ਵਿੱਚ ਦੋ ਐਕਟੀਵਿਟੀਜ਼ ਕਰਵਾਈਆਂ ਜਾਣਗੀਆਂ। ਜੋ ਸਾਡੀ ਪਹਿਲੀ ਐਕਟੀਵਿਟੀ ਹੈ ਉਸਦਾ ਨਾਮ ਹੈ ਅੰਤਾਕਸ਼ਰੀ, ਅਤੇ ਅੰਤਾਕਸ਼ਰੀ ਦੇ 3 ਰਾਊਂਡਸ ਕਰਵਾਏ ਜਾਣਗੇ। ਅਤੇ ਹੁਣ ਅਸੀਂ ਸਟਾਰਟ ਕਰਾਂਗੇ ਆਪਣਾ ਰਾਊਂਡ 1, ਜਿਸ ਦਾ ਨਾਮ ਹੈ ਗੈਸ ਦਾ ਟਰੈਕ। ਇਸ ਦੇ ਵਿੱਚ ਕੀ ਹੋਵੇਗਾ, ਤੁਹਾਨੂੰ ਇੱਕ ਗੀਤ ਦੀ ਧੁੰਨ ਸੁਣਾਈ ਜਾਵੇਗੀ। ਤੁਸੀਂ ਕੀ ਕਰਨਾ ਹੈ, ਉਸ ਧੁੰਨ ਨੂੰ ਸੁਣ ਕੇ ਬਜ਼ਰ ਵਜਾਉਣਾ ਹੈ। ਸਹੀ ਗਾਣਾ ਅਨੁਮਾਨ ਲੱਗਣ ਤੋਂ ਬਾਅਦ ਹੀ ਤੁਸੀਂ ਬਜ਼ਰ ਵਜਾਉਣਾ ਹੈ, ਅਤੇ ਸਹੀ ਗੀਤ 'ਤੇ ਤੁਹਾਨੂੰ ਮਿਲਣਗੇ 1 ਪੁਆਇੰਟ, ਅਤੇ 10 ਸੈਕਿੰਡ ਦਾ ਸਮਾਂ ਹੋਵੇਗਾ। ਸੋ ਦੋਨੋਂ ਟੀਮਸ ਰੈਡੀ ਹੋ ਜਾਓ, ਅਤੇ ਆਪਣੇ ਹੱਥ ਜੋ ਹਨ ਬਜ਼ਰ 'ਤੇ ਰੱਖ ਲਓ, ਕਿਉਂਕਿ ਤੁਹਾਡੀ ਪਹਿਲੀ ਧੁੰਨ ਹੈ ਇਸ ਤਰ੍ਹਾਂ। ਸਭ ਤੋਂ ਪਹਿਲਾਂ ਜੋ ਬਜ਼ਰ ਵਜਾਇਆ ਹੈ ਉਹ ਹੈ ਟੀਮ ਬੀ। ਆਓ ਯਿਸੂ ਮੇਰਾ ਸਹਾਰਾ ਬਣ ਜਾਓ। ਹਾਂਜੀ ਟੀਮ ਬੀ, ਤੁਸੀਂ ਬਿਲਕੁਲ ਸਹੀ ਗੀਤ ਗੈਸ ਕੀਤਾ, ਹੁਣ ਤੁਸੀਂ ਇਸ ਗੀਤ ਨੂੰ ਗਾ ਵੀ ਦਿਓ। ਆਓ ਯਿਸੂ ਮੇਰਾ ਸਹਾਰਾ ਬਣ ਜਾਓ, ਆਓ ਯਿਸੂ ਮੇਰਾ ਸਹਾਰਾ ਬਣ ਜਾਓ, ਡੋਲੇ ਮੇਰੀ ਕਿਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਜਾਓ, ਆਓ ਯਿਸੂ ਤੇ ਮੇਰਾ ਸਹਾਰਾ ਬਣ ਜਾਓ। ਸੋ ਬਹੁਤ ਵਧੀਆ ਟੀਮ ਬੀ, ਇਸ ਦੇ ਨਾਲ ਤੁਹਾਨੂੰ ਮਿਲਦਾ ਹੈ 1 ਪੁਆਇੰਟ। ਸੋ ਦੋਨੋਂ ਟੀਮਸ ਫਿਰ ਤੋਂ ਰੈਡੀ ਹੋ ਜਾਓ, ਅਤੇ ਆਪਣੇ ਹੱਥ ਜੋ ਹਨ ਬਜ਼ਰ 'ਤੇ ਰੱਖ ਲਓ, ਕਿਉਂਕਿ ਤੁਹਾਡੀ ਅਗਲੀ ਧੁੰਨ ਹੈ ਇਸ ਤਰ੍ਹਾਂ। ਸੋ ਸਭ ਤੋਂ ਪਹਿਲਾਂ ਜੋ ਬਜ਼ਰ ਵਜਾਇਆ ਹੈ ਉਹ ਹੈ ਟੀਮ ਬੀ। ਹਾਂਜੀ ਟੀਮ ਬੀ, ਬਾਪ ਅੱਗੇ ਯਿਸੂ ਨੇ ਕਫਾਰਾ ਜਾਨ ਦਾ ਭਰਿਆ। ਹਾਂਜੀ ਟੀਮ ਬੀ, ਤੁਸੀਂ ਬਿਲਕੁਲ ਸਹੀ ਗੀਤ ਗੈਸ ਕੀਤਾ, ਹੁਣ ਤੁਸੀਂ ਇਸ ਗੀਤ ਨੂੰ ਗਾ ਵੀ ਦਿਓ। ਬਾਪ ਅੱਗੇ ਯਿਸੂ ਨੇ ਕਫਾਰਾ ਜਾਨ ਦਾ ਭਰਿਆ ਭਰਿਆ, ਹਾਂ ਹਾਂ ਭਰਿਆ, ਬਾਪ ਅੱਗੇ ਯਿਸੂ ਨੇ ਕਫਾਰਾ ਜਾਨ ਦਾ ਭਰਿਆ ਭਰਿਆ,
ਹਾਂ ਭਰਿਆ। ਸੋ ਬਹੁਤ ਹੀ ਵਧੀਆ ਟੀਮ ਬੀ, ਇਸ ਦੇ ਨਾਲ ਤੁਹਾਨੂੰ ਮਿਲਦਾ ਹੈ 1 ਪੁਆਇੰਟ। ਸੋ ਦੋਨੋਂ ਟੀਮਸ ਫਿਰ ਤੋਂ ਰੈਡੀ ਹੋ ਜਾਓ, ਕਿਉਂਕਿ ਤੁਹਾਡੀ ਅਗਲੀ ਧੁਨ ਹੈ ਇਸ ਤਰ੍ਹਾਂ। ਸੋ ਫਿਰ ਤੋਂ ਜੋ ਬਜ਼ਰ ਬਜਾਇਆ ਹੈ ਉਹ ਹੈ ਟੀਮ ਬੀ। ਆਓ ਪਾਕਸ਼ ਰਾਕਤ ਲੈਣ ਚੱਲੀਏ। ਨਹੀਂ ਮੈਮ, ਇਹ ਉਹ ਵਾਲਾ ਟਰੈਕ ਨਹੀਂ ਹੈ। ਸੋ ਮੈਂ ਹੁਣ ਪਾਸ ਕਰਾਂਗੀ ਟੀਮ ਏ ਨੂੰ, ਅਗਰ ਤੁਸੀਂ ਗੈਸ ਕਰਨਾ ਹੈ ਤਾਂ ਕਰ ਸਕਦੇ ਹੋ। ਕੀਤਾ ਰਹਿਮ ਪਿਆਰੇ ਯੇਸੂ ਨੇ, ਹੋਇਆ ਸਾਡੇ ਤੇ ਮਿਹਰਬਾਨ, ਉਹਦੀ ਰਹਿਮਤ ਤੇ ਮਿਹਰਬਾਨੀ ਦਾ ਮੈਂ ਦੱਸਾਂ ਕੋਲ ਬਿਆਨ। ਸੋ ਬਹੁਤ ਵਧੀਆ ਟੀਮ ਏ ਨੇ ਬਿਲਕੁਲ ਸਹੀ ਗੀਤ ਗੈਸ ਕਰਕੇ ਗਾਇਆ। ਸੋ ਟੀਮ ਏ, ਇਸ ਦੇ ਨਾਲ ਤੁਹਾਨੂੰ ਮਿਲਦਾ ਹੈ 1 ਪੁਆਇੰਟ। ਸੋ ਦੋਨੋਂ ਟੀਮਸ ਫਿਰ ਤੋਂ ਰੈਡੀ ਹੋ ਜਾਓ, ਕਿਉਂਕਿ ਹੁਣ ਇਸ ਰਾਊਂਡ ਦਾ ਹੈ ਲਾਸਟ ਕਲੂ, ਅਤੇ ਆਪਣੇ ਹੱਥ ਜੋ ਹਨ ਬਜ਼ਰ 'ਤੇ ਰੱਖ ਲਓ, ਕਿਉਂਕਿ ਤੁਹਾਡਾ ਲਾਸਟ ਕਲੂ ਹੈ ਇਸ ਤਰ੍ਹਾਂ। ਸੋ ਸਭ ਤੋਂ ਪਹਿਲਾਂ ਜੋ ਬਜ਼ਰ ਬਜਾਇਆ ਹੈ ਉਹ ਹੈ ਟੀਮ ਏ। ਲੁਰਦਸ ਕੈਸਾ ਸੋਹਣਾ। ਹਾਂਜੀ ਬਿਲਕੁਲ ਸਹੀ ਜਵਾਬ, ਲੁਰਦਸ ਕੈਸਾ ਸੋਹਣਾ ਥਾ। ਲੁਰਦਸ ਕੈਸਾ ਸੋਹਣਾ ਥਾ, ਜਿਸ ਥਾਂ ਬਰਨਾ ਦਿੱਤ ਵੇਖੀ, ਮਰੀਅਮ ਅਰਸ਼ਾਂ ਦੀ ਰਾਣੀ, ਅਰਸ਼ਾਂ ਦੀ ਰਾਣੀ। ਲੁਰਦਸ ਕੈਸਾ ਸੋਹਣਾ ਥਾ, ਜਿਸ ਥਾਂ ਬਰਨਾ ਦਿੱਤ ਵੇਖੀ, ਮਰੀਅਮ ਅਰਸ਼ਾਂ ਦੀ ਰਾਣੀ, ਅਰਸ਼ਾਂ ਦੀ ਰਾਣੀ। ਸੋ ਬਹੁਤ ਹੀ ਵਧੀਆ ਟੀਮ ਏ, ਇਸ ਦੇ ਨਾਲ ਤੁਹਾਨੂੰ ਮਿਲਦਾ ਹੈ 1 ਪੁਆਇੰਟ। ਸੋ ਇਸ ਦੇ ਨਾਲ ਸਾਡਾ ਰਾਊਂਡ 1 ਹੈ ਜੋ ਖਤਮ ਹੋ ਚੁੱਕਿਆ ਹੈ। ਹੁਣ ਅਸੀਂ ਜਾਵਾਂਗੇ ਆਪਣੇ ਰਾਊਂਡ 2 ਵੱਲ, ਜਿਸ ਦਾ ਨਾਮ ਹੈ ਗੈਸ ਦਾ ਸੌਂਗ ਫਰੋਮ ਲਾਈਨ। ਇਸ ਦੇ ਵਿੱਚ ਕੀ ਹੋਵੇਗਾ, ਸਕਰੀਨ ਦੇ ਉੱਪਰ ਤੁਹਾਨੂੰ ਗੀਤ ਦੀ ਇੱਕ ਲਾਈਨ ਦਿਖਾਈ ਜਾਵੇਗੀ। ਉਹ ਜੋ ਗੀਤ ਦੀ ਲਾਈਨ ਹੋਵੇਗੀ, ਕੋਰਸ ਦੀ ਜਾਂ ਸਟੈਂਜਾ ਦੀ ਮਿਡਲ ਲਾਈਨ ਜਾਂ ਸਟਾਰਟਿੰਗ ਲਾਈਨ ਕੋਈ ਵੀ ਹੋ ਸਕਦੀ ਹੈ। ਤੁਸੀਂ ਕੀ ਕਰਨਾ ਹੈ, ਜਦੋਂ ਤੁਹਾਨੂੰ ਗੀਤ ਦਾ ਪਤਾ ਲੱਗ ਜਾਂਦਾ ਹੈ ਤੁਸੀਂ ਬਜ਼ਰ ਵਜਾਉਣਾ ਹੈ, ਅਤੇ ਸਹੀ ਗੀਤ ਗਾਉਣ 'ਤੇ ਤੁਹਾਨੂੰ ਮਿਲਣਗੇ 2 ਪੁਆਇੰਟਸ। ਲੇਕਿਨ ਅਗਰ ਤੁਸੀਂ ਬਜ਼ਰ ਵਜਾਉਣ ਤੋਂ ਬਾਅਦ ਗੀਤ ਸਹੀ ਨਹੀਂ ਗਾਇਆ ਤਾਂ ਤੁਹਾਡੇ ਹੋ ਜਾਣਗੇ -1, ਅਤੇ ਇਸ ਰਾਊਂਡ ਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਹੈ। ਅਤੇ ਜੋ ਤੁਸੀਂ ਗੀਤ ਗਾਉਣਾ ਹੋਵੇਗਾ, ਜੋ ਸਕਰੀਨ ਦੇ ਉੱਪਰ ਲਾਈਨ ਹੋਵੇਗੀ ਉਸੇ ਲਾਈਨ ਤੋਂ ਹੀ ਕੰਟੀਨਿਊ ਕਰਨਾ ਪਵੇਗਾ। ਸੋ ਦੋਨੋਂ ਟੀਮਸ ਰੈਡੀ ਹੋ ਜਾਓ, ਕਿਉਂਕਿ ਤੁਹਾਡਾ ਪਹਿਲਾ ਕਲੂ ਹੈ ਤੁਹਾਡੀ ਸਕਰੀਨ 'ਤੇ। ਸੋ ਦੋਨੋਂ ਟੀਮ ਦੇ ਵਿੱਚੋਂ ਕਿਸੇ ਨੇ ਵੀ ਬਜ਼ਰ ਨਹੀਂ ਵਜਾਇਆ, ਪਰ ਫਿਰ ਵੀ ਮੈਂ ਟੀਮ ਏ ਤੋਂ ਪਹਿਲਾਂ ਪੁੱਛਾਂਗੀ ਕਿ ਤੁਹਾਨੂੰ ਕੋਈ ਵੀ ਗੀਤ ਨਹੀਂ ਗੈਸ ਹੋਇਆ, ਤੁਸੀਂ ਬਜ਼ਰ ਨਹੀਂ ਵਜਾਇਆ। ਗੈਸ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਕੋਈ ਪੁਆਇੰਟ ਨਹੀਂ ਮਿਲੂਗਾ ਨਾ ਮਾਈਨਸ ਹੋਊਗੇ। ਕੁਛ ਵੀ ਦਿਮਾਗ 'ਚ ਆਉਂਦਾ ਤੁਹਾਡੇ ਕਿ ਸ਼ਾਇਦ ਇਹ ਵਾਲਾ ਗੀਤ ਹੋ ਸਕਦਾ, ਠੀਕ ਹੈ। ਟੀਮ ਬੀ, ਕੋਈ ਨਹੀਂ ਆਈਡੀਆ, ਠੀਕ ਹੈ। ਸੋ ਇਹ ਗੀਤ ਸੀ
G15 ਰੋਜ਼ਿਆਂ ਦਾ ਗੀਤ ਸੀ, ਬੇੜੇ ਪਾਰ ਲਗਾ ਦੇ ਯਿਸੂ ਸਾਡੇ ਔਗਣ ਹਾਰਾਂ ਦੇ। ਹੁਣ ਆਇਆ ਯਾਦ? ਹਲੇ ਵੀ ਨਹੀਂ ਆਇਆ? ਠੀਕ ਹੈ। ਸੋ ਦੋਨੋਂ ਟੀਮਸ ਫਿਰ ਤੋਂ ਰੈਡੀ ਹੋ ਜਾਓ ਅਤੇ ਆਪਣੇ ਹੱਥ ਜੋ ਹਨ ਬਜ਼ਰ 'ਤੇ ਰੱਖ ਲਓ, ਕਿਉਂਕਿ ਤੁਹਾਡਾ ਅਗਲਾ ਕਲੂ ਹੈ ਤੁਹਾਡੀ ਸਕਰੀਨ 'ਤੇ। ਸੋ ਸਭ ਤੋਂ ਪਹਿਲਾਂ ਜੋ ਬਜ਼ਰ ਬਜਾਇਆ ਹੈ ਉਹ ਹੈ ਟੀਮ ਏ। ਹਾਂਜੀ, ਟੀਮ ਏ। ਉਹਦੀ ਬੰਦਗੀ ਚ ਚਾਵਾਂ ਨਾਲ ਜਾਈਏ, ਸੱਚੇ ਰੱਬ ਦਾ ਸ਼ੁਕਰ ਮਨਾਈਏ, ਧੰਨਵਾਦ ਧੰਨਵਾਦ, ਹਾਲੇਲੂਯਾ ਹਾਲੇਲੂਯਾ। ਸੋ ਟੀਮ ਏ ਨੇ ਬਿਲਕੁਲ ਸਹੀ ਗੀਤ ਗੈਸ ਕੀਤਾ। ਸੋ ਟੀਮ ਏ, ਇਸ ਦੇ ਨਾਲ ਤੁਹਾਨੂੰ ਮਿਲਦੇ ਨੇ 2 ਪੁਆਇੰਟਸ। ਸੋ ਦੋਨੋਂ ਟੀਮਸ ਫਿਰ ਤੋਂ ਰੈਡੀ ਹੋ ਜਾਓ, ਕਿਉਂਕਿ ਤੁਹਾਡਾ ਅਗਲਾ ਕਲੂ ਹੈ ਇਸ ਤਰ੍ਹਾਂ। ਸੋ ਬਜ਼ਰ ਬਜਾਇਆ ਹੈ ਟੀਮ ਏ ਨੇ। ਸੋ ਹੁਣ ਅਸੀਂ ਦੇਖਾਂਗੇ ਕਿ ਉਹ ਸਹੀ ਗੀਤ ਗੈਸ ਕਰਦੇ ਹਨ ਜਾਂ ਨਹੀਂ। ਹਰ ਗਮ ਸੇ ਹੱਸ ਕੇ ਨੇਜਾ ਵਿੱਚ ਪਸਲੀ ਦੇਖਾਇਆ, ਵਿੱਚ ਪਸਲੀ ਦੇਖਾਇਆ, ਨੇਜਾ ਵਿੱਚ ਪਸਲੀ ਦੇਖਾਇਆ, ਵਿੱਚ ਪਸਲੀ ਦੇਖਾਇਆ, ਨੇਜਾ ਵਿੱਚ ਪਸਲੀ ਦੇਖਾਇਆ, ਤੇਰੇ ਜਿਹਾ ਕੌਣ ਸਾਫੀਆ, ਆਹਾ ਕੌਣ ਸਾਫੀਆ, ਸਾਰੀ ਮਨ ਦੀਏ ਤੈਨੂੰ ਖੁਦਾਈ, ਦੇ ਕੇ ਕੁਰਬਾਨੀ ਆਪਣੀ ਕੁਰਬਾਨੀ ਆਪਣੀ, ਸਾਨੂੰ ਪਾਪਾਂ ਤੋਂ ਨਜਾਤ ਦਿਲਾਈ। ਸੋ ਬਹੁਤ ਹੀ ਵਧੀਆ ਟੀਮ ਏ ਨੇ ਬਿਲਕੁਲ ਸਹੀ ਗੈਸ ਕਰਕੇ ਸਹੀ ਗੀਤ ਗਾਇਆ। ਸੋ ਟੀਮ ਏ, ਇਸ ਦੇ ਨਾਲ ਤੁਹਾਡੇ ਹੁੰਦੇ ਨੇ 2 ਪੁਆਇੰਟਸ। ਸੋ ਹੁਣ ਰਾਊਂਡ 2 ਦਾ ਹੈ ਲਾਸਟ ਕਲੂ। ਸੋ ਦੋਨੋਂ ਟੀਮਸ ਫਿਰ ਤੋਂ ਰੈਡੀ ਹੋ ਜਾਓ, ਕਿਉਂਕਿ ਤੁਹਾਡਾ ਲਾਸਟ ਕਲੂ ਹੈ ਤੁਹਾਡੀ ਸਕਰੀਨ 'ਤੇ। ਸੋ ਪਿਛਲੇ ਰਾਊਂਡ ਦੇ ਵਿੱਚ ਟੀਮ ਬੀ ਨੇ ਸਭ ਤੋਂ ਜ਼ਿਆਦਾ ਬਜ਼ਰ ਬਜਾਏ ਅਤੇ ਇਸ ਰਾਊਂਡ ਦੇ ਵਿੱਚ ਟੀਮ ਏ ਨੇ। ਸੋ ਹੁਣ ਅਸੀਂ ਦੇਖਦੇ ਹਾਂ ਕਿ ਟੀਮ ਏ ਸਹੀ ਗੀਤ ਗੈਸ ਕਰਦੀ ਹੈ ਜਾਂ ਨਹੀਂ। ਉੱਤੇ ਮਰਦੇ ਡਾਕੂ ਨੂੰ ਬਚਾ ਲਿਆ, ਸੂਲੀ ਉੱਤੇ ਮਰਦੇ ਡਾਕੂ ਨੂੰ ਬਚਾ ਲਿਆ। ਸੋ ਟੀਮ ਏ, ਤੁਹਾਡਾ ਸਮਾਂ ਜੋ ਹੈ ਉਹ ਖਤਮ ਹੋ ਚੁੱਕਿਆ ਹੈ ਅਤੇ ਤੁਸੀਂ ਗੀਤ ਵੀ ਸਹੀ ਨਹੀਂ ਗੈਸ ਕੀਤਾ, ਥੋੜ੍ਹਾ ਥੋੜ੍ਹਾ ਲੱਗ ਗਏ ਸੀ, ਪਰ ਤੁਸੀਂ ਗੀਤ ਗਾ ਕੇ ਪੂਰਾ ਗਾਉਣਾ ਸੀਗਾ, ਉਸ ਲਾਈਨ ਤੋਂ ਕੰਟੀਨਿਊ ਕਰਨਾ ਸੀ ਅਤੇ ਫਿਰ ਕੋਰਸ 'ਤੇ ਲੈ ਕੇ ਆਉਣਾ ਸੀ। ਸੋ ਗਾਣਾ ਹੈ ਆਈ ਟੂ ਹਾਲੇਲੂਯਾ ਯਿਸੂ ਜ਼ਿੰਦਾ ਹੋ ਗਿਆ। ਆਉਂਦਾ ਤੁਹਾਨੂੰ ਗੀਤ ਇਹ? ਗਾ ਦਿਓ ਫਿਰ। ਤੇ ਸੁਲੀ ਉੱਤੇ ਮਰਦੇ ਡਾਕੂ ਨੂੰ ਬਚਾ ਲਿਆ, ਹਾਲੇਲੂਯਾ ਬੋਲੋ ਯਿਸੂ ਜ਼ਿੰਦਾ ਹੋ ਗਿਆ, ਹਾਲੇਲੂਯਾ ਬੋਲੋ ਯਿਸੂ ਜ਼ਿੰਦਾ ਹੋ ਗਿਆ, ਕੁੱਲ ਦੁਨੀਆ ਦੀ ਨਜ਼ਾਤ ਦਾ ਰਹਿੰਦਾ ਹੋ ਗਿਆ। ਟੀਮ ਏ ਨੇ ਬਜ਼ਰ ਬਜਾਇਆ ਸੀ, ਬਜ਼ਰ ਬਜਾਉਣ ਤੋਂ ਬਾਅਦ ਗੀਤ ਸਹੀ ਨਹੀਂ ਗਾਇਆ। ਸੋ ਇਸ ਕਰਕੇ ਟੀਮ ਏ ਤੁਹਾਡੇ ਹੋ ਜਾਂਦੇ ਹਨ -1। ਸੋ ਇਸ ਦੇ ਨਾਲ ਸਾਡਾ ਰਾਊਂਡ 2 ਖਤਮ ਹੋ ਚੁੱਕਿਆ ਹੈ। ਹੁਣ ਅਸੀਂ ਵਧਾਂਗੇ ਰਾਊਂਡ 3 ਵੱਲ, ਜਿਸ ਦਾ ਨਾਮ ਹੈ ਐਕਟ ਗੈਸ ਐਂਡ ਸਿੰਗ।
ਇਸ ਦੇ ਵਿੱਚ ਕੀ ਹੋਵੇਗਾ, ਦੋਨੋਂ ਟੀਮ ਦੇ ਵਿੱਚੋਂ ਇੱਕ ਮੈਂਬਰ ਨੂੰ ਮੈਂ ਅੱਗੇ ਬੁਲਾਵਾਂਗੀ, ਉਸਦੇ ਕੰਨ ਦੇ ਵਿੱਚ ਮੈਂ ਇੱਕ ਗੀਤ ਦੀ ਲਾਈਨ ਦੱਸਾਂਗੀ, ਉਸਨੇ ਕੀ ਕਰਨਾ ਹੈ ਉਸ ਗੀਤ ਨੂੰ ਐਕਟ ਕਰਕੇ ਆਪਣੇ ਸਾਥੀਆਂ ਨੂੰ ਸਮਝਾਉਣਾ ਹੈ, ਅਤੇ ਜੋ ਸਮਾਂ ਹੋਵੇਗਾ 2 ਮਿੰਟ ਦਾ ਹੋਵੇਗਾ। 2 ਮਿੰਟ ਦੇ ਵਿੱਚ ਦੂਸਰੀ ਟੀਮ ਵੀ ਬਜ਼ਰ ਵਜਾ ਸਕਦੀ ਹੈ, ਲੇਕਿਨ ਉਹਨਾਂ ਨੂੰ ਸਮਾਂ ਦਿੱਤਾ ਜਾਵੇਗਾ 2 ਮਿੰਟ ਤੋਂ ਬਾਅਦ ਗੈਸ ਕਰਨ ਦਾ, ਅਤੇ ਸਹੀ ਗੀਤ ਗਾਉਣ 'ਤੇ ਮਿਲਣਗੇ 3 ਪੁਆਇੰਟਸ। ਲੇਕਿਨ ਅਗਰ ਦੂਸਰੀ ਟੀਮ ਯਾਨੀ ਕਿ ਓਪੋਜ਼ਿਟ ਟੀਮ ਬਜ਼ਰ ਵਜਾ ਕੇ ਸਹੀ ਗੀਤ ਨਹੀਂ ਦੱਸਦੀ ਹੈ ਤਾਂ ਉਹਨਾਂ ਦੇ ਹੋ ਜਾਣਗੇ -1। ਸੋ ਸਭ ਤੋਂ ਪਹਿਲਾਂ ਮੈਂ ਟੀਮ ਏ ਦੇ ਵਿੱਚੋਂ ਕਿਸੇ ਨੂੰ ਵੀ ਇੱਕ ਜਣੇ ਨੂੰ ਬੁਲਾਉਣਾ ਚਾਹੁੰਦੀ ਹਾਂ ਇਸ ਐਕਟੀਵਿਟੀ ਵਿੱਚ ਪਾਰਟੀਸਪੇਟ ਕਰਨ ਦੇ ਲਈ। ਟੀਮ ਏ 'ਚੋਂ ਕੋਈ ਵੀ ਆ ਜਾਓ। ਸੋ ਮੈਂ ਟੀਮ ਏ ਨੂੰ ਦੱਸਤਾ ਹੈ, ਹੁਣ ਉਹ ਆਪਣੇ ਸਾਥੀਆਂ ਨੂੰ ਐਕਟ ਕਰਕੇ ਦਿਖਾਉਣਗੇ। ਟੀਮ ਏ, ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ। ਪੈਰਾਂ ਵਿੱਚ ਖਿਲਨੇ ਜਾ। ਸੋ ਟੀਮ ਏ ਨੇ ਬਿਲਕੁਲ ਸਹੀ ਗੀਤ ਗੈਸ ਕੀਤਾ ਹੈ ਓਨਲੀ 9 ਸੈਕਿੰਡਸ ਦੇ ਵਿੱਚ। ਸੋ ਟੀਮ ਏ, ਤੁਸੀਂ ਹੁਣ ਇਸ ਗੀਤ ਨੂੰ ਗਾ ਵੀ ਦਿਓ। ਹੱਥਾਂ ਪੈਰਾਂ ਵਿੱਚ ਖਿਲਨੇ ਜਾ, ਵਿਨਿਆ ਹੈ ਦਿਲ ਯੇਸੂ ਪਿਆਰੇ, ਹਾਏ ਹਾਏ ਤੇਰੇ ਦੁੱਖ ਨੇ ਪਾਰੇ। ਸੋ ਬਹੁਤ ਹੀ ਵਧੀਆ ਟੀਮ ਏ, ਇਸ ਦੇ ਨਾਲ ਤੁਹਾਨੂੰ ਮਿਲਦੇ ਨੇ 3 ਪੁਆਇੰਟਸ। ਸੋ ਹੁਣ ਵਾਰੀ ਹੈ ਟੀਮ ਬੀ ਦੀ, ਅਤੇ ਟੀਮ ਬੀ ਵਿੱਚੋਂ ਕੋਈ ਵੀ ਇੱਕ ਜਣਾ ਅੱਗੇ ਆ ਸਕਦਾ ਹੈ। ਸੋ ਮੈਂ ਟੀਮ ਬੀ ਨੂੰ ਦੱਸਦਾ ਹੈ, ਹੁਣ ਉਹ ਤੁਹਾਨੂੰ ਐਕਟ ਕਰਕੇ ਦਿਖਾਉਣਗੇ। ਟੀਮ ਬੀ, ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ। ਸੋ ਬਹੁਤ ਹੀ ਵਧੀਆ, ਟੀਮ ਬੀ ਨੇ ਬਹੁਤ ਜਲਦੀ ਗੈਸ ਕੀਤਾ ਓਨਲੀ 4 ਸੈਕਿੰਡਸ ਦੇ ਵਿੱਚ, ਅਤੇ ਮੈਂ ਟੀਮ ਬੀ ਨੂੰ ਪੁੱਛਣਾ ਵੀ ਚਾਹੁੰਦੀ ਹਾਂ ਕਿ ਤੁਸੀਂ ਇੰਨੀ ਜਲਦੀ ਕਿੱਦਾਂ ਗੈਸ ਕੀਤਾ, ਮਤਲਬ ਤੁਹਾਨੂੰ ਕਿਸ ਤਰ੍ਹਾਂ ਜਲਦੀ ਜਲਦੀ ਸਮਝ ਆ ਗਿਆ? ਇਹਦੇ ਲਈ ਆਪਾਂ ਕੋਡ ਵਰਡ ਪਹਿਲੇ ਹੀ ਰੱਖਿਆ ਸੀ ਇਸ ਗਾਣੇ ਵਿੱਚ। ਅੱਛਾ, ਤੁਹਾਨੂੰ ਕਿੱਦਾਂ ਪਤਾ ਕਿ ਇਹੀ ਗੀਤ ਆਉਣਾ ਸੀ? ਤੁਹਾਡੇ ਗਾਣੇ ਤੋਂ ਹੀ ਸਾਨੂੰ ਵੀ ਬਸ ਥੋੜਾ ਲੱਗ ਗਿਆ, ਗੈਸੇ ਹੋ ਗਈ ਕਿ ਬਸ ਕਿ ਰੋਜੇ ਆਉਣ ਵਾਲੇ ਆ। ਠੀਕ ਹੈ, ਸੋ ਬਹੁਤ ਵਧੀਆ, ਟੀਮ ਬੀ ਨੇ ਬਿਲਕੁਲ ਸਹੀ ਗੈਸ ਕੀਤਾ। ਸੋ ਹੁਣ ਤੁਸੀਂ ਇਸ ਗੀਤ ਨੂੰ ਗਾ ਵੀ ਦਿਓ। ਰੋਵੇ ਮਰੀਮ ਲਾਸ਼ ਯਿਸੂ ਦੀ, ਹਾਏ ਗੋਦੀ ਵਿੱਚ ਪਾ ਕੇ। ਰੋਵੇ ਮਰੀਮ ਲਾਸ਼ ਯਿਸੂ ਦੀ, ਹਾਏ ਗੋਦੀ ਵਿੱਚ ਪਾ ਕੇ। ਸਿਰ ਚੁੰਮਦੀ ਤਰਲੇ ਲੈਂਦੀ, ਮੂੰਹ ਸਿਰ ਚੁੰਮਦੀ ਤਰਲੇ ਲੈਂਦੀ, ਬੋਲ ਮੂੰਹੋਂ ਇੱਕ ਵਾਰੀ ਕਹਿੰਦੀ, ਬੋਲ ਮੂੰਹੋਂ ਇੱਕ ਵਾਰੀ ਕਹਿੰਦੀ। ਸੋ ਬਹੁਤ ਹੀ ਵਧੀਆ, ਟੀਮ ਬੀ ਨੇ ਬਿਲਕੁਲ ਸਹੀ ਗੈਸ ਕੀਤਾ ਅਤੇ ਬਹੁਤ ਹੀ ਵਧੀਆ ਗੀਤ ਗਾਇਆ। ਸੋ ਟੀਮ ਬੀ, ਇਸ ਦੇ ਨਾਲ ਤੁਹਾਨੂੰ ਮਿਲਦੇ ਨੇ 3 ਪੁਆਇੰਟਸ। ਸੋ ਹੁਣ ਫਿਰ ਤੋਂ ਵਾਰੀ ਹੈ ਟੀਮ ਏ ਦੀ।
ਟੀਮ ਏ ਵਿੱਚੋਂ ਕੋਈ ਵੀ ਇੱਕ ਮੈਂਬਰ ਅੱਗੇ ਆ ਸਕਦਾ ਹੈ। ਸੋ ਮੈਂ ਟੀਮ ਏ ਨੂੰ ਦੱਸਦਾ ਹੈ ਅਤੇ ਹੁਣ ਉਹ ਆਪਣੇ ਸਾਥੀਆਂ ਨੂੰ ਐਕਟ ਕਰਕੇ ਦਿਖਾਣਗੇ। ਸੋ ਟੀਮ ਏ, ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ। ਸੋ ਬਹੁਤ ਹੀ ਵਧੀਆ ਟੀਮ ਏ ਨੇ ਬਿਲਕੁਲ ਸਹੀ ਗੀਤ ਗੈਸ ਕੀਤਾ ਓਨਲੀ 5 ਸੈਕਿੰਡਸ ਦੇ ਵਿੱਚ। ਸੋ ਟੀਮ ਏ, ਤੁਸੀਂ ਹੁਣ ਇਸ ਗੀਤ ਨੂੰ ਗਾ ਵੀ ਦਿਓ। ਤੋਦੋ ਯੇਸੂ ਜੀ ਸਾਡੇ ਦਾਗ ਦਿਲਾਂ ਦੇ, ਤੋਦੋ ਯੇਸੂ ਜੀ ਸਾਡੇ ਦਾਗ ਦਿਲਾਂ ਦੇ, ਦਾਗ ਦਿਲਾਂ ਦੇ ਸਾਡੇ ਪਾਪ ਦਿਲਾਂ ਦੇ, ਦਾਗ ਦਿਲਾਂ ਦੇ ਸਾਡੇ ਪਾਪ ਦਿਲਾਂ ਦੇ, ਤੋਦੋ ਯੇਸੂ ਜੀ ਸਾਡੇ ਦਾਗ ਦਿਲਾਂ ਦੇ। ਸੋ ਬਹੁਤ ਵਧੀਆ ਟੀਮ ਏ, ਇਸ ਦੇ ਨਾਲ ਤੁਹਾਡੇ ਹੁੰਦੇ ਨੇ 3 ਪੁਆਇੰਟਸ। ਹੁਣ ਹੈ ਰਾਊਂਡ 3 ਦਾ ਲਾਸਟ ਕਲੂ ਅਤੇ ਵਾਰੀ ਹੈ ਟੀਮ ਬੀ ਦੀ। ਸੋ ਮੈਂ ਟੀਮ ਬੀ ਨੂੰ ਦੱਸਦਾ ਹੈ, ਹੁਣ ਉਹ ਆਪਣੇ ਸਾਥੀਆਂ ਨੂੰ ਐਕਟ ਕਰਕੇ ਦਿਖਾਣਗੇ। ਟੀਮ ਬੀ, ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ। ਸੋ ਟੀਮ ਬੀ, ਤੁਸੀਂ ਬਿਲਕੁਲ ਸਹੀ ਗੀਤ ਗੈਸ ਕੀਤਾ ਹੈ, ਹੁਣ ਤੁਸੀਂ ਇਸ ਗੀਤ ਨੂੰ ਮਿਲ ਕੇ ਗਾ ਵੀ ਦਿਓ। ਯੇਸ਼ੂ ਸੂਲੀ ਵਾਲਿਆ ਸ਼ਾਫੀ, ਨਜ਼ਰਾਂ ਤੈਨੂੰ ਚੜਾਵਾ ਮੈਂ, ਯੇਸ਼ੂ ਤੇਰੇ ਨਾਮ ਦੇ ਸ਼ਾਫੀ, ਲੋਕਾਂ ਨੂੰ ਸੁਣਾਵਾ। ਸੋ ਬਹੁਤ ਹੀ ਵਧੀਆ ਟੀਮ ਬੀ, ਇਸ ਦੇ ਨਾਲ ਹੁੰਦੇ ਨੇ ਤੁਹਾਡੇ 3 ਪੁਆਇੰਟਸ। ਸੋ ਇਸ ਦੇ ਨਾਲ ਸਾਡੀ ਪਹਿਲੀ ਐਕਟੀਵਿਟੀ ਯਾਨੀ ਕਿ ਅੰਤਾਕਸ਼ਰੀ ਖਤਮ ਹੋ ਚੁੱਕੀ ਹੈ। ਹੁਣ ਅਸੀਂ ਲਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਨੂੰ ਮਿਲਾਂਗੇ ਬਿਬਲੀਕਲ ਗੇਮ ਸ਼ੋਅ ਦੇ ਵਿੱਚ ਅਤੇ ਜਾਣਾਂਗੇ ਅੰਤਾਕਸ਼ਰੀ ਦੇ ਸਕੋਰਸ। ਪ੍ਰਾਰਥਨਾ ਭਵਨ ਟੀਵੀ ਲੈ ਕੇ ਆਇਆ ਹੈ। ਸਮੁੱਚੇ ਮਸੀਹ ਕਲਾਕਾਰਾਂ ਲਈ ਇੱਕ ਸੁਨਹਿਰੀ ਮੌਕਾ। ਮੇਰਾ ਯੇਸੂ ਸਭ ਤੋਂ ਸੋਹਣਾ, ਮੈਂ ਤਨ ਮਨ ਵਾਰਦੀਆਂ ਯੇਸੂ ਤੇਰੇ ਨਾਮ ਦੇ ਵਿੱਚ, ਮੈਂ ਵਾਦੇਦਾ ਜਾਵਾਂ। ਜਦੋਂ ਤੈਨੂੰ ਪੁਕਾਰਾਂ ਮੈਂ, ਤੂੰ ਸੁਣ ਸੱਚੇ ਆਈ ਦੇ ਰੱਬਾ। ਮਸੀਹੀ ਗੀਤਾਂ ਦੀ ਆਡੀਓ ਅਤੇ ਵੀਡੀਓ ਕਰਵਾਉਣ ਲਈ
ਤੁਸੀਂ ਪ੍ਰਾਰਥਨਾ ਭਵਨ ਟੀਵੀ ਦੀਆਂ ਸੇਵਾਵਾਂ ਲੈ ਸਕਦੇ ਹੋ। ਤਨ ਹੈ ਜੋ ਨਾ ਮੰਨਦਾ ਹੈ ਸਦਾ ਸ਼ਰੀਰਾਂ ਦੀ, ਹੋ ਤਨ ਹੈ ਬਿਹਤਰੀਨ ਕੁਆਲਿਟੀ ਦੀ ਆਡੀਓ। ਸਵਾਗਤ ਹੈ ਬਿਬਲੀਕਲ ਗੇਮ ਸ਼ੋ ਦੇ ਵਿੱਚ, ਤੇ ਹੁਣ ਅਸੀਂ ਜਾਣਾਂਗੇ ਅੰਤਾਕਸ਼ਰੀ ਰਾਊਂਡ ਦੇ ਸਕੋਰਸ। ਸੋ ਅੰਤਾਕਸ਼ਰੀ ਦੇ ਸਕੋਰਸ ਇਸ ਪ੍ਰਕਾਰ ਨੇ, ਟੀਮ ਬੀ ਦੇ ਜੋ ਸਕੋਰਸ ਨੇ ਉਹਨੇ 8 ਅਤੇ ਟੀਮ ਏ ਦੇ ਜੋ ਸਕੋਰਸ ਨੇ ਉਹਨੇ 11। ਸੋ ਅੱਜ ਦਾ ਜੋ ਸਾਡਾ ਐਪੀਸੋਡ ਹੈ, ਟੀਮ ਏ ਲੀਡ ਕਰਦੀ ਪਈ ਹੈ, ਯਾਨੀ ਕਿ ਕਾਦੀਆਂ ਪੈਰਿਸ਼। ਸੋ ਹੁਣ ਅਸੀਂ ਸ਼ੁਰੂ ਕਰਾਂਗੇ ਆਪਣੀ ਬਿਬਲੀਕਲ ਐਕਟੀਵਿਟੀ, ਜਿਸ ਦੇ ਵਿੱਚ 2 ਰਾਊਂਡ ਕਰਵਾਏ ਜਾਣਗੇ, ਅਤੇ ਜੋ ਪਹਿਲਾ ਰਾਊਂਡ ਹੈ ਉਸਦਾ ਨਾਮ ਹੈ ਗੈਸ ਦਾ ਬਾਈਬਲ ਕਰੈਕਟਰ ਵਿਦ ਇਮੋਜੀ। ਇਸ ਦੇ ਵਿੱਚ ਕੀ ਹੋਵੇਗਾ, ਸਕਰੀਨ ਦੇ ਉੱਪਰ ਤੁਹਾਨੂੰ ਕੁਝ ਇਮੋਜੀਸ ਦਿਖਾਈਆਂ ਜਾਣਗੀਆਂ। ਉਹ ਜੋ ਇਮੋਜੀਸ ਹੋਣਗੀਆਂ ਬਾਈਬਲ ਦੇ ਕਿਸੇ ਫੇਮਸ ਕਰੈਕਟਰ ਦੇ ਨਾਲ ਰਿਲੇਟਿਡ ਹੋਣਗੀਆਂ। ਤੁਸੀਂ ਕੀ ਕਰਨਾ ਹੈ, ਜਦੋਂ ਤੁਹਾਨੂੰ ਅਨੁਮਾਨ ਲੱਗ ਜਾਂਦਾ ਹੈ ਤੁਸੀਂ ਬਜ਼ਰ ਵਜਾਉਣਾ ਹੈ। ਇਹ ਵੀ ਇੱਕ ਬਜ਼ਰ ਰਾਊਂਡ ਹੈ, ਅਤੇ ਸਹੀ ਗੈਸ ਕਰਨ 'ਤੇ ਤੁਹਾਨੂੰ ਮਿਲਣਗੇ 3 ਪੁਆਇੰਟਸ। ਲੇਕਿਨ ਅਗਰ ਤੁਸੀਂ ਬਜ਼ਰ ਵਜਾਉਣ ਤੋਂ ਬਾਅਦ ਸਹੀ ਨਹੀਂ ਗੈਸ ਕੀਤਾ ਤਾਂ ਤੁਹਾਡੇ ਹੋ ਜਾਣਗੇ -1। ਸੋ ਦੋਨੋਂ ਟੀਮਸ ਰੈਡੀ ਹੋ ਜਾਓ, ਕਿਉਂਕਿ ਤੁਹਾਡਾ ਪਹਿਲਾ ਕਲੂ ਹੈ ਤੁਹਾਡੀ ਸਕਰੀਨ 'ਤੇ। ਸੋ ਸਭ ਤੋਂ ਪਹਿਲਾਂ ਜੋ ਬਜ਼ਰ ਵਜਾਇਆ ਹੈ ਟੀਮ ਬੀ, ਸੋ ਹੁਣ ਅਸੀਂ ਦੇਖਦੇ ਹਾਂ ਕਿ ਉਹ ਸਹੀ ਗੈਸ ਕਰਦੇ ਹਨ ਜਾਂ ਨਹੀਂ। ਮੂਸਾ ਨਬੀ। ਸੋ ਟੀਮ ਬੀ ਨੇ ਬਿਲਕੁਲ ਸਹੀ ਜਵਾਬ ਦਿੱਤਾ, ਮੂਸਾ ਨਬੀ। ਮੂਸਾ ਇੱਕ ਨਬੀ ਸੀ ਜਿਸਨੇ ਖੁਦਾ ਦੇ ਕਹਿਣ 'ਤੇ ਮਿਸਰ ਵਿੱਚੋਂ ਇਸਰਾਈਲੀਆਂ ਨੂੰ ਛੁਡਾ ਕੇ ਲਿਆਂਦਾ ਸੀ। ਸੋ ਬਹੁਤ ਹੀ ਵਧੀਆ ਜਵਾਬ ਦਿੱਤਾ ਟੀਮ ਬੀ ਨੇ। ਸੋ ਟੀਮ ਬੀ, ਇਸ ਦੇ ਨਾਲ ਤੁਹਾਡੇ ਹੁੰਦੇ ਨੇ 3 ਪੁਆਇੰਟਸ। ਸੋ ਦੋਨੋਂ ਟੀਮਸ ਫਿਰ ਤੋਂ ਰੈਡੀ ਹੋ ਜਾਓ, ਆਪਣੇ ਹੱਥ ਜੋ ਹਨ ਬਜ਼ਰ 'ਤੇ ਰੱਖ ਲਓ, ਕਿਉਂਕਿ ਤੁਹਾਡਾ ਅਗਲਾ ਕਲੂ ਹੈ ਤੁਹਾਡੀ ਸਕਰੀਨ 'ਤੇ। ਸੋ ਸਭ ਤੋਂ ਪਹਿਲਾਂ ਬਜ਼ਰ ਵਜਾਇਆ ਹੈ ਟੀਮ ਬੀ। ਸੋ ਹੁਣ ਅਸੀਂ ਦੇਖਦੇ ਹਾਂ ਕਿ ਉਹ ਸਹੀ ਗੈਸ ਕਰਦੇ ਹਨ ਜਾਂ ਨਹੀਂ। ਸੰਤ ਪਤਰਸ। ਹਾਂਜੀ, ਬਿਲਕੁਲ ਸਹੀ ਜਵਾਬ, ਸੰਤ ਪਤਰਸ। ਮੈਮ, ਪਤਰਸ ਬਾਰੇ ਥੋੜ੍ਹਾ ਜਿਹਾ ਐਕਸਪਲੇਨ ਕਰੋਗੇ? ਸੰਤ ਪਤਰਸ ਜਿਹੜੇ ਸੀ ਉਹ 12 ਖੁਦਾਵਨ ਯੇਸ਼ੂ ਮਸੀਹ ਦੇ 12 ਚੇਲਿਆਂ ਦੇ ਵਿੱਚੋਂ ਸੀਗੇ, ਜਿਸ ਦੇ ਜਿਨ੍ਹਾਂ ਦੇ ਉੱਤੇ ਪੂਰੀ ਮਸੀਹੀ ਕੌਮ ਦੀ ਨੀਂਹ ਰੱਖੀ ਗਈ ਸੀਗੀ। ਅਤੇ ਆਪਾਂ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਉਹ ਸਾਡੇ ਪਹਿਲੇ ਸੰਤ ਪਾਪਾ ਸੀਗੇ, ਜਿਨ੍ਹਾਂ ਨੂੰ ਖੁਦਾ ਨੇ ਆਪਣੇ ਰਸੂਲ ਹੋਣ ਵਜੋਂ ਚੁਣਿਆ ਸੀਗਾ। ਸੋ ਬਹੁਤ ਹੀ ਵਧੀਆ ਉਹਨਾਂ ਨੇ ਐਕਸਪਲੇਨ ਕੀਤਾ। ਸੋ ਟੀਮ ਬੀ, ਇਸ ਦੇ ਨਾਲ ਤੁਹਾਡੇ ਹੁੰਦੇ ਨੇ 3 ਪੁਆਇੰਟਸ। ਸੋ ਦੋਨੋਂ ਟੀਮਸ ਫਿਰ ਤੋਂ ਰੈਡੀ ਹੋ ਜਾਓ, ਕਿਉਂਕਿ ਤੁਹਾਡਾ ਅਗਲਾ ਕਲੂ ਹੈ ਤੁਹਾਡੀ ਸਕਰੀਨ 'ਤੇ। ਸੋ ਸਭ ਤੋਂ ਪਹਿਲਾਂ ਜੋ ਬਜ਼ਰ ਵਜਾਇਆ ਹੈ ਉਹ ਹੈ ਟੀਮ ਬੀ। ਦਿਬੋਰਾ। ਹਾਂਜੀ, ਬਿਲਕੁਲ ਸਹੀ ਜਵਾਬ, ਦਿਬੋਰਾ। ਮੈਮ, ਥੋੜ੍ਹਾ ਜਿਹਾ ਇਸ ਦੇ ਬਾਰੇ ਐਕਸਪਲੇਨ ਕਰਨਾ ਤੁਸੀਂ। ਦਿਬੋਰਾ ਇੱਕ ਮਕੀ ਉਹਨਾਂ ਦੇ ਪਿੰਡ ਦੇ ਵਿੱਚ ਹੀ ਦਰਖਤ ਦੇ ਥੱਲੇ ਬੈਠਦੀ ਸੀ ਅਤੇ ਲੋਕਾਂ ਦਾ ਨਿਆਂ ਕਰਨ ਵਾਲੀ ਸੀ। ਹਾਂਜੀ, ਉਹਨਾਂ ਨੇ ਸਹੀ ਜਵਾਬ ਦਿੱਤਾ ਕਿ ਦਿਬੋਰਾ ਬਾਰੇ ਅਸੀਂ ਪੜ੍ਹ ਸਕਦੇ ਹਾਂ ਨਿਆਂਇਆਂ ਦੇ ਵਿੱਚ, ਜੱਜਸ ਦੇ ਵਿੱਚ। ਦਿਬੋਰਾ ਜੋ ਸੀ ਇੱਕ ਇਸਤਰੀ ਸੀ, ਇੱਕ ਲੇਡੀ ਸੀ ਅਤੇ ਇੱਕ ਘਰ ਚਲਾਉਣ ਵਾਲੀ ਸੀ, ਲੇਕਿਨ ਉਸਦੇ ਨਾਲ ਨਾਲ ਪਰਮੇਸ਼ਵਰ ਦੇ ਦੁਆਰਾ ਨਿਯੁਕਤ ਕੀਤੀ ਹੋਈ ਇੱਕ ਇਸਤਰੀ ਸੀ।
ਜੋ ਆਪਣੇ ਘਰ ਦੇ ਨਾਲ ਖੁਦਾ ਦੇ ਕੰਮ ਵੀ ਕਰਦੀ ਸੀ ਅਤੇ ਉਸ ਦੇ ਨਾਲ ਨਾਲ ਉਹ ਇਸਰਾਈਲੀਆਂ ਦਾ ਨਿਆਂ ਵੀ ਕਰਦੀ ਸੀ, ਯਾਨੀ ਕਿ ਉਹ ਇੱਕ ਜੱਜ ਵੀ ਸੀ। ਸੋ ਸਾਡੇ ਸਾਰੇ ਔਰਤਾਂ ਵਾਸਤੇ ਉਹ ਇੱਕ ਬਹੁਤ ਹੀ ਵੱਡੀ ਇਗਜ਼ੈਂਪਲ ਹੈ ਅਤੇ ਸਾਨੂੰ ਦਬੋਰਾ ਤੋਂ ਸਿੱਖਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹ ਆਪਣੇ ਘਰ ਦੇ ਕੰਮਾਂ ਦੇ ਨਾਲ ਨਾਲ ਪਰਮੇਸ਼ਵਰ ਦੀ ਸੇਵਾ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਨਿਪੁੰਨ ਸੀ ਅਤੇ ਸਾਨੂੰ ਵੀ ਇਸੇ ਤਰ੍ਹਾਂ ਆਪਣੇ ਘਰ ਦੇ ਕੰਮਾਂ ਦੇ ਨਾਲ ਨਾਲ ਖੁਦਾ ਦੀ ਸੇਵਾ ਵੀ ਜ਼ਰੂਰ ਕਰਨੀ ਚਾਹੀਦੀ ਹੈ। ਸੋ ਬਹੁਤ ਹੀ ਵਧੀਆ, ਟੀਮ ਬੀ ਨੇ ਬਿਲਕੁਲ ਸਹੀ ਜਵਾਬ ਦਿੱਤਾ। ਸੋ ਟੀਮ ਬੀ, ਇਸ ਦੇ ਨਾਲ ਤੁਹਾਡੇ ਹੁੰਦੇ ਨੇ 3 ਪੁਆਇੰਟਸ। ਸੋ ਦੋਨੋਂ ਟੀਮਸ ਫਿਰ ਤੋਂ ਰੈਡੀ ਹੋ ਜਾਓ ਕਿਉਂਕਿ ਹੁਣ ਇਸ ਰਾਊਂਡ ਦਾ ਹੈ ਲਾਸਟ ਕਲੂ। ਸੋ ਤੁਸੀਂ ਆਪਣੇ ਹੱਥ ਜੋ ਹਨ ਬਜ਼ਰ 'ਤੇ ਰੱਖ ਲਓ ਕਿਉਂਕਿ ਤੁਹਾਡਾ ਲਾਸਟ ਕਲੂ ਹੈ ਤੁਹਾਡੀ ਸਕਰੀਨ 'ਤੇ। ਸੋ ਸਭ ਤੋਂ ਪਹਿਲਾਂ ਜੋ ਬਜ਼ਰ ਵਜਾਇਆ ਹੈ ਉਹ ਹੈ ਟੀਮ ਬੀ। ਉਹ ਬਜ਼ਰ 'ਤੇ ਬਜ਼ਰ ਵਜਾਈ ਜਾ ਰਹੇ ਨੇ ਅਤੇ ਮੈਨੂੰ ਲੱਗਦਾ ਹੈ ਕਿ ਅੱਜ ਦਾ ਐਪੀਸੋਡ ਉਹੀ ਜਿੱਤ ਕੇ ਜਾਣਗੇ ਅਤੇ ਉਹਨਾਂ ਨੇ ਇਹ ਡਿਸਾਈਡ ਵੀ ਕਰ ਲਿਆ ਹੈ। ਸੋ ਹੁਣ ਅਸੀਂ ਦੇਖਦੇ ਹਾਂ ਕਿ ਟੀਮ ਬੀ ਸਹੀ ਗੈਸ ਕਰਦੀ ਹੈ ਜਾਂ ਨਹੀਂ। ਅਬਰਾਹਮ। ਸੋ ਮੈਮ ਤੁਹਾਨੂੰ ਕੀ ਲੱਗਦਾ, ਇਹੀ ਸੀਗਾ? ਹਾਂਜੀ ਹਾਂਜੀ, ਤੁਸੀਂ ਸ਼ੋਰ ਹੋ? ਪੂਰੇ ਸ਼ੋਰ ਹੋ? ਹਾਂਜੀ, ਮੈਨੂੰ ਵੀ ਇਹੀ ਲੱਗਦਾ ਹੈ ਕਿ ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਹੈ ਅਬਰਾਹਮ। ਹੁਣ ਤੁਸੀਂ ਥੋੜ੍ਹਾ ਜਿਹਾ ਅਬਰਾਹਮ ਬਾਰੇ ਐਕਸਪਲੇਨ ਵੀ ਕਰਨਾ ਹੈ। ਅਬਰਾਹਮ ਨੂੰ ਸਾਡਾ ਧਾਰਮਿਕ ਪਿਤਾ ਕਿਹਾ ਗਿਆ ਹੈ ਬਾਈਬਲ ਦੇ ਵਿੱਚ, ਔਰ ਅਬਰਾਹਮ ਜੋ ਸੀ ਉਹ ਖੁਦਾ ਦੇ ਉੱਤੇ ਬਹੁਤ ਹੀ ਵਿਸ਼ਵਾਸ ਰੱਖਣ ਵਾਲਾ ਇੱਕ ਇਨਸਾਨ ਸੀਗਾ, ਔਰ ਜਿਸ ਦੇ ਘਰ ਕੋਈ ਵੀ ਔਲਾਦ ਨਹੀਂ ਸੀ, ਔਰ ਜਦੋਂ ਖੁਦਾ ਨੇ ਉਸਨੂੰ ਔਲਾਦ ਦਿੱਤੀ ਤਾਂ ਉਹ ਬਹੁਤ ਬਜ਼ੁਰਗ ਹੋ ਚੁੱਕਿਆ ਸੀਗਾ ਕਿ ਔਲਾਦ ਉਹਨਾਂ ਦੇ ਨਹੀਂ ਸੀ ਹੋ ਸਕਦੀ, ਪਰ ਇਹ ਖੁਦਾ ਦਾ ਚਮਤਕਾਰ ਸੀਗਾ ਕਿ ਉਹਨਾਂ ਦੇ ਜੀਵਨ ਦੇ ਵਿੱਚ ਜੋ ਹੋਇਆ, ਔਰ ਉਹਨਾਂ ਨੇ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਇਸਹਾਕ ਰੱਖਿਆ ਗਿਆ। ਸੋ ਬਹੁਤ ਹੀ ਵਧੀਆ, ਮੈਮ ਨੇ ਸਹੀ ਐਕਸਪਲੇਨ ਕੀਤਾ ਹੈ। ਸੋ ਟੀਮ ਬੀ, ਇਸ ਦੇ ਨਾਲ ਤੁਹਾਡੇ ਹੁੰਦੇ ਨੇ 3 ਪੁਆਇੰਟਸ। ਸੋ ਇਸ ਦੇ ਨਾਲ ਸਾਡਾ ਬਿਬਲੀਕਲ ਦਾ ਰਾਊਂਡ 1 ਜੋ ਹੈ ਖਤਮ ਹੋ ਚੁੱਕਿਆ ਹੈ ਅਤੇ ਹੁਣ ਅਸੀਂ ਵਧਾਂਗੇ ਰਾਊਂਡ 2 ਵੱਲ ਅਤੇ ਲਾਸਟ ਰਾਊਂਡ ਵੱਲ ਜਿਸ ਦਾ ਨਾਮ ਹੈ ਵਰਸਸ ਔਨ ਦਾ ਗੋ। ਇਸ ਦੇ ਵਿੱਚ ਕੀ ਹੋਵੇਗਾ, ਦੋਨੋਂ ਟੀਮਸ ਨੂੰ 3-3 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਅਤੇ 3 ਮਿੰਟਸ ਦੇ ਦੌਰਾਨ ਉਹਨਾਂ ਨੇ ਵੱਧ ਤੋਂ ਵੱਧ ਬਾਈਬਲ ਦੀਆਂ ਆਇਤਾਂ ਬੋਲਣੀਆਂ ਹੈ। ਇੱਕ ਸਹੀ ਆਇਤ ਬੋਲਣ 'ਤੇ ਉਹਨਾਂ ਨੂੰ ਮਿਲੇਗਾ 1 ਪੁਆਇੰਟ। ਲੇਕਿਨ ਅਗਰ ਪੂਰੀ ਟੀਮ ਪਾਰਟੀਸਪੇਟ ਕਰਦੀ ਹੈ ਇਸ ਐਕਟੀਵਿਟੀ ਦੇ ਵਿੱਚ ਤਾਂ ਉਹਨਾਂ ਨੂੰ ਐਕਸਟਰਾ 3 ਪੁਆਇੰਟਸ ਮਿਲਣਗੇ। ਸੋ ਸਭ ਤੋਂ ਪਹਿਲਾਂ ਵਾਰੀ ਹੈ ਟੀਮ ਏ ਦੀ। ਸੋ ਟੀਮ ਏ, ਸਭ ਤੋਂ ਪਹਿਲਾਂ ਤੁਸੀਂ ਇਸ ਐਕਟੀਵਿਟੀ ਦੇ ਵਿੱਚ ਪਾਰਟੀਸਪੇਟ ਕਰਨਾ ਹੈ। ਸੋ ਟੀਮ ਏ, ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ। ਮਤੀ 1:23, ਇੱਕ ਕੁਆਰੀ ਗਰਭਵਤੀ ਹੋਏਗੀ ਅਤੇ ਉਹ ਪੁੱਤਰ ਨੂੰ ਜਣੇਗੀ ਜਿਸ ਦਾ ਨਾਂ ਇਮਾਨੁਅਲ ਰੱਖਿਆ ਜਾਏਗਾ, ਜਿਸ ਦਾ ਅਰਥ ਹੈ ਖੁਦਾ ਸਾਡੇ ਨਾਲ ਹੈ। ਮਤੀ 3:17, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬੇਹੱਦ ਖੁਸ਼ ਹਾਂ। ਮਤੀ 4:4, ਮਨੁੱਖ ਨਿਰਾ ਰੋਟੀ ਨਾਲ ਹੀ ਨਹੀਂ ਸਗੋਂ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਇੱਕ ਸ਼ਬਦ ਨਾਲ ਜਿਉਂਦਾ ਹੈ। ਮਤੀ 5:3, ਧੰਨ ਉਹ ਜਿਹੜੇ ਦਿਲੋਂ ਗਰੀਬ ਹਨ ਕਿਉਂਕਿ ਸਵਰਗ ਰਾਜ ਉਹਨਾਂ ਦਾ ਹੈ। ਮਤੀ 5:4, ਧੰਨ ਉਹ ਜਿਹੜੇ ਸ਼ੌਕ ਕਰਦੇ ਹਨ ਕਿਉਂਕਿ ਉਹ ਦਿਲਾਸਾ ਪਾਉਣਗੇ। ਮਤੀ 5:6, ਧੰਨ ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹਨ ਉਹ ਰਜਾਏ ਜਾਣਗੇ। ਮਤੀ 5:7, ਧੰਨ ਉਹ ਜਿਹੜੇ ਧੀਰਜਵਾਨ ਹਨ ਉਹਨਾਂ ਉੱਤੇ ਦਇਆ ਕੀਤੀ ਜਾਵੇਗੀ। ਮਤੀ 5:8, ਧੰਨ ਉਹ ਜਿਹੜੇ ਦਿਲ ਦੇ ਸ਼ੁੱਧ ਹਨ ਕਿਉਂਕਿ ਉਹ ਪਰਮੇਸ਼ਰ ਦੇ ਦਰਸ਼ਨ ਕਰਨਗੇ। ਮਤੀ 5:9,
ਧੰਨ ਉਹ ਜਿਹੜੇ ਸੁਲਾਹ ਕਰਾਉਂਦੇ ਹਨ, ਉਹ ਖੁਦਾ ਦੇ ਪੁੱਤਰ ਅਖਵਾਉਣਗੇ। ਮਤੀ 5:10, ਧੰਨ ਉਹ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ, ਕਿਉਂਕਿ ਸਵਰਗ ਰਾਜ ਉਹਨਾਂ ਦਾ ਹੈ। ਮਤੀ 5:11, ਧੰਨ ਹੋ ਤੁਸੀਂ ਜਦੋਂ ਲੋਕ ਮੇਰੇ ਕਾਰਨ ਤੁਹਾਡੇ 'ਤੇ ਦੋਸ਼ ਲਾਉਣਗੇ ਅਤੇ ਤੁਹਾਨੂੰ ਸਤਾਉਣਗੇ। ਮਤੀ 5:12, ਆਨੰਦਿਤ ਹੋਵੋ ਅਤੇ ਖੁਸ਼ੀ ਮਨਾਓ, ਕਿਉਂਕਿ ਸਵਰਗ ਰਾਜ ਵਿੱਚ ਤੁਹਾਡਾ ਇਨਾਮ ਵੱਡਾ ਹੈ। ਮਤੀ 5:48, ਤੁਸੀਂ ਪੂਰਨ ਬਣੋ ਕਿਉਂਕਿ ਤੁਹਾਡਾ ਪਿਤਾ ਪੂਰਨ ਹੈ। ਮਤੀ 7:1, ਦੂਜਿਆਂ 'ਤੇ ਦੋਸ਼ ਨਾ ਲਗਾਓ ਤਾਂ ਜੋ ਤੁਹਾਡੇ 'ਤੇ ਵੀ ਦੋਸ਼ ਨਾ ਲਗਾਇਆ ਜਾਵੇਗਾ। ਮਤੀ 7:7, ਮੰਗੋ 'ਤੇ ਤੁਹਾਨੂੰ ਦਿੱਤਾ ਜਾਵੇਗਾ, ਲੱਭੋ 'ਤੇ ਤੁਹਾਨੂੰ ਮਿਲੇਗਾ, ਖਟਖਟਾਓ 'ਤੇ ਤੁਹਾਡੇ ਲਈ ਖੋਲ੍ਹਾ ਜਾਏਗਾ। ਮਤੀ 7:1, ਜੋ ਕੋਈ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਉਹ ਸਵਰਗ ਰਾਜ ਵਿੱਚ ਦਾਖਲ ਨਹੀਂ ਹੋਵੇਗਾ, ਪਰ ਮੇਰੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਦਾ ਹੈ। ਮਤੀ 8:8, ਪ੍ਰਭੂ ਮੈਂ ਇਸ ਯੋਗ ਨਹੀਂ ਹਾਂ ਕਿ ਤੁਸੀਂ ਮੇਰੀ ਛੱਤ ਦੇ ਥੱਲੇ ਆਓ, ਪਰ ਇੱਕ ਹੀ ਸ਼ਬਦ ਆਖੋ ਅਤੇ ਮੇਰਾ ਨੌਕਰ ਚੰਗਾ ਹੋ ਜਾਵੇਗਾ। ਮਤੀ 8:20, ਲੋਂਬੜੀਆਂ ਵਾਸਤੇ ਕੁਰਨੇ, ਆਕਾਸ਼ ਦੇ ਪੰਛੀਆਂ ਵਾਸਤੇ ਆਲਣੇ, ਪਰ ਮਨੁੱਖ ਦੇ ਪੁੱਤਰ ਵਾਸਤੇ ਰਹਿਣ ਲਈ ਕੋਈ ਥਾਂ ਨਹੀਂ ਹੈ। ਮਤੀ 11:28, ਤੁਸੀਂ ਜਿਹੜੇ ਥੱਕੇ ਅਤੇ ਮਾਂਦੇ ਪਾਰ ਦੇ ਹੇਠਾਂ ਦੱਬੇ ਹੋਏ ਹੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਯੂਹੰਨਾ 1:1, ਆਦਿ ਵਿੱਚ ਸ਼ਬਦ ਸੀ, ਸ਼ਬਦ ਖੁਦਾ ਦੇ ਨਾਲ ਸੀ, ਸ਼ਬਦ ਹੀ ਖੁਦਾ ਸੀ। ਯੂਹੰਨਾ 3:16, ਮਨੁੱਖ ਪਰਮੇਸ਼ੁਰ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਟੀਮ ਏ, ਤੁਹਾਡਾ ਸਮਾਂ ਸਮਾਪਤ ਹੋ ਚੁੱਕਿਆ ਹੈ, ਸੋ ਹੁਣ ਵਾਰੀ ਹੈ ਟੀਮ ਬੀ ਦੀ। ਟੀਮ ਬੀ, ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਹੁਣ। ਸੰਤ ਮਤੀ ਦੀ ਅੰਜੀਲ, ਉਸਦਾ 6:10, ਤੇਰਾ ਰਾਜਾ ਵੀ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ। 11:00, ਸਾਡੀ ਰੋਜ਼ੀ ਰੋਟੀ ਅੱਜ ਸਾਨੂੰ ਦੇ। 12:00, ਅਤੇ ਸਾਡੀ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਵਾਲਿਆਂ ਨੂੰ ਮਾਫ਼ ਕਰਦੇ ਹਾਂ। 13:00, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਸੰਤ ਮਤੀ ਦੀ ਅੰਜੀਲ, ਉਹਦਾ 8:1, ਜਾ ਪਰੋਂ ਜਾ ਉਤਰਿਆ ਪਹਾੜੋਂ, ਅੱਗੇ ਭੀੜ ਅੱਗੇ ਲੱਗ ਗਈ। ਮਤੀ ਅੰਜੀਲ 2:2, ਦੇਖੋ ਇੱਕ ਕੁੜੀ। ਕੂਚ ਦਾ ਗ੍ਰੰਥ, ਉਸਦਾ 20:13, 13:14, 15, 16 ਆਇਤ ਹੈ। 13 ਆਇਤ, ਤੂੰ ਖੂਨ ਨਾ ਕਰਨਾ। 14 ਆਇਤ, ਤੂੰ ਵਿਚਾਰ ਨਾ ਕਰਨਾ। 15 ਆਇਤ, ਤੂੰ ਝੂਠੀ ਚੋਰੀ ਨਾ ਕਰਨਾ। 16 ਆਇਤ, ਤੂੰ ਆਪਣੇ ਗਵਾਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇਣਾ। ਸੰਤ ਮਤੀ ਦੀ ਅੰਜੀਲ, ਉਸਦਾ 11:28 ਆਇਤ, ਹੇ ਥੱਕੇ ਮਾਂਦੇ ਅਤੇ ਪਾਰ ਦੇ ਹੇਠ ਦੱਬੇ ਹੋਏ ਹੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਉਹਦਾ 30 ਆਇਤ, ਕਿਉਂਕਿ ਮੇਰਾ ਚੁੱਲ੍ਹਾ ਸੁਖਲਾ ਅਤੇ ਮੇਰਾ ਬੋਝ ਹੌਲਾ ਹੈ। ਸੰਤ ਮਤੀ ਦੀ 12:8, ਕਿਉਂਕਿ ਮਨੁੱਖ ਦਾ ਪੁੱਤਰ ਸ਼ਬਦ ਦਾ ਪ੍ਰਭੂ ਹੈ। ਸੰਤ ਮਤੀ ਦੀ 13:16 ਆਇਤ, ਪਰ ਤਨ ਹਨ ਤੁਹਾਡੀ ਅੱਖਾਂ ਕਿਉਂਕਿ ਉਹ ਦੇਖਦੀਆਂ ਹਨ, ਅਤੇ ਤਨ ਹਨ ਤੁਹਾਡੇ ਕੰਨ ਕਿਉਂਕਿ ਉਹ ਸੁਣਦੇ ਹਨ। ਉਹਦੀ 18 ਆਇਤ, ਹੁਣ ਤੁਸੀਂ ਬੀਜਣ ਵਾਲੇ ਦੀ ਤਮਸੀਲ ਸੁਣੋ। ਸੰਤ ਯੋਹੰਨਾ ਦੀ ਅੰਜੀਲ, ਉਸਦਾ 1:1 ਆਇਤ, ਆਦਿ ਵਿੱਚ ਸ਼ਬਦ ਸੀ, ਸ਼ਬਦ ਖੁਦਾ ਦੇ ਸੰਗ ਸੀ, ਅਤੇ ਸ਼ਬਦ ਹੀ ਖੁਦਾ ਸੀ। ਸੰਤ ਯੋਹੰਨਾ ਦੀ ਅੰਜੀਲ, ਉਸਦਾ 10:10 ਆਇਤ, ਚੋਰੀ ਕਰਨ ਲਈ, ਵਧਣ ਟੁੱਕਣ ਲਈ ਅਤੇ ਨਾਸ਼ ਕਰਨ ਲਈ ਆਉਂਦਾ ਹੈ, ਪਰ ਮੈਂ ਇਸ ਲਈ ਆਇਆ ਹਾਂ ਕਿ ਉਹਨਾਂ ਨੂੰ ਜੀਵਨ ਮਿਲੇ ਅਤੇ ਭਰਪੂਰੀ ਨਾਲ ਮਿਲੇ। ਸੰਤ ਯੋਹੰਨਾ ਦੀ ਅੰਜੀਲ, ਉਸਦਾ 11:35 ਆਇਤ, ਯੇਸੂ ਰੋ ਪਿਆ। ਉਤਪੱਤੀ ਦਾ ਗ੍ਰੰਥ, ਉਸਦਾ 1:1 ਆਇਤ,
ਆਦਿ ਵਿੱਚ ਖੁਦਾ ਨੇ ਜ਼ਮੀਨ ਅਤੇ ਅਸਮਾਨ ਨੂੰ ਉਤਪੰਨ ਕੀਤਾ। ਸੰਤ ਮੱਤੀ ਦੀ ਅੰਜੀਲ ਉਸਦਾ ਇੱਕ ਬਾਪ ਇੱਕ ਆਇਤ, ਅਬਰਾਹਮ ਦੇ ਪੁੱਤਰ, ਦਾਊਦ ਦੇ ਪੁੱਤਰ, ਯੇਸ਼ੂ ਮਸੀਹ ਦੀ ਵੰਸ਼ਾਵਲੀ ਪੋਥੀ। ਮਰਕਸ ਦੀ ਅੰਜੀਲ ਉਸਦਾ ਇੱਕ ਬਾਪ ਇੱਕ ਆਇਤ, ਖੁਦਾ ਦੇ ਬੇਟੇ ਯੇਸ਼ੂ ਮਸੀਹ, ਯੇਸ਼ੂ ਦੀ ਵੰਸ਼ਾਵਲੀ ਦਾ ਆਰੰਭ। ਸੰਤ ਮਰਕਸ ਦੀ ਅੰਜੀਲ ਉਸਦਾ ਇੱਕ ਬਾਪ ਦੀ 11 ਆਇਤ, ਅਤੇ ਸਵਰਗ ਤੋਂ ਇੱਕ ਆਵਾਜ਼ ਆਈ, ਤੂੰ ਮੇਰਾ ਪਿਆਰਾ ਪੁੱਤਰ ਹੈ, ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ। ਕੂਚ ਦਾ ਗ੍ਰੰਥ ਉਸਦਾ 15 ਦੀ। ਸੋ ਟੀਮ ਵੀ, ਤੁਹਾਡਾ ਸਮਾਂ ਜੋ ਹੈ ਸਮਾਪਤ ਹੋ ਚੁੱਕਿਆ ਹੈ। ਸੋ ਲਾਸਟ ਰਾਊਂਡ ਦੇ ਵਿੱਚ ਦੋਨੋਂ ਟੀਮਸ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹਿੱਸਾ ਲਿਆ। ਟੀਮ ਏ ਨੇ ਵੀ 22 ਵਰਸਸ ਬੋਲੀਆਂ ਅਤੇ ਟੀਮ ਬੀ ਨੇ ਵੀ 22 ਹੀ ਵਰਸ ਬੋਲੀਆਂ, ਅਤੇ ਟੀਮ ਏ ਦੀਆਂ ਵੀ 20 ਬਿਲਕੁਲ ਠੀਕ ਸੀ ਅਤੇ ਟੀਮ ਬੀ ਦੀਆਂ ਵੀ 20 ਹੀ ਠੀਕ ਸੀਗੀਆਂ। ਸੋ ਇਸ ਰਾਊਂਡ ਦੇ ਵਿੱਚ ਦੋਨੋਂ ਟੀਮਸ ਦੇ ਜੋ ਪੁਆਇੰਟਸ ਹੈ ਬਰਾਬਰ 'ਤੇ ਹੈ, ਯਾਨੀ ਕਿ 20 ਹੀ ਟੀਮ ਏ ਨੂੰ ਜਾਂਦੇ ਹਨ ਅਤੇ 20 ਹੀ ਬੀ ਟੀਮ ਨੂੰ ਜਾਂਦੇ ਹਨ। ਸੋ ਹੁਣ ਸਮਾਂ ਹੈ ਉਸ ਘੜੀ ਦਾ, ਜਿਸ ਘੜੀ ਦਾ ਸਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ, ਯਾਨੀ ਕਿ ਨਤੀਜੇ ਦਾ ਸਮਾਂ। ਸੋ ਰਿਜ਼ਲਟ ਇਸ ਪ੍ਰਕਾਰ ਹੈ, ਜੋ ਟੀਮ ਏ ਦੇ ਸਕੋਰਸ ਨੇ ਉਹਨੇ 31 ਅਤੇ ਟੀਮ ਬੀ ਦੇ ਜੋ ਫਾਈਨਲ ਸਕੋਰਸ ਨੇ ਉਹਨੇ 40, ਯਾਨੀ ਕਿ 40। ਸੋ ਅੱਜ ਦੀ ਜੋ ਸਾਡੀ ਵਿਜੇਤਾ ਟੀਮ ਹੈ ਉਹ ਹੈ ਟੀਮ ਬੀ, ਯਾਨੀ ਕਿ ਮਕਸੂਦਾ ਪੈਰਿਸ਼। ਸੋ ਮਕਸੂਦਾ ਪੈਰਿਸ਼, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਦੋਨੋਂ ਪੈਰਿਸ਼ਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਬਲੀਕਲ ਗੇਮ ਸ਼ੋਅ ਦੇ ਵਿੱਚ ਪਾਰਟੀਸਪੇਟ ਕੀਤਾ, ਲੇਕਿਨ ਹਾਰ ਜਿੱਤ ਤਾਂ ਹੁੰਦੀ ਹੀ ਰਹਿੰਦੀ ਹੈ ਔਰ ਜਿੱਤਣਾ ਸਿਰਫ ਇੱਕ ਨੇ ਹੀ ਹੈ। ਸੋ ਕਾਦੀਆਂ ਪੈਰਿਸ਼, ਤੁਸੀਂ ਨਿਰਾਸ਼ ਬਿਲਕੁਲ ਨਹੀਂ ਹੋਣਾ, ਕਿਉਂਕਿ ਤੁਸੀਂ ਫਿਰ ਤੋਂ ਤਿਆਰੀ ਕਰਕੇ ਆ ਸਕਦੇ ਹੋ ਅਤੇ ਦੁਬਾਰਾ ਤੋਂ ਪਾਰਟੀਸਪੇਟ ਕਰ ਸਕਦੇ ਹੋ, ਕਿਉਂਕਿ ਕਿਸੇ ਨੇ ਕੁਛ ਖੂਬ ਕਿਹਾ ਹੈ, ਜ਼ਿੰਦਗੀ ਇੱਕ ਖੇਲ ਹੈ, ਇਸਮੇ ਹਾਰ ਔਰ ਜੀਤ ਤੋਂ ਚਲਤੀ ਹੀ ਰਹਿਤੀ ਹੈ। ਬਸ ਇੱਕ ਬਾਤ ਕਾ ਧਿਆਨ ਰੱਖੋ, ਜੋ ਖੁਦ ਸੇ ਨਹੀਂ ਹਾਰਤਾ, ਮੰਜ਼ਿਲ ਸਿਰਫ ਉਸੀ ਕੋ ਹੀ ਮਿਲਤੀ ਹੈ। ਸੋ ਕਾਦੀਆਂ ਪੈਰਿਸ਼ ਅਤੇ ਮਕਸੂਦਾ ਪੈਰਿਸ਼ ਨੂੰ, ਦੋਨਾਂ ਨੂੰ ਇੱਕ ਵਾਰ ਫਿਰ ਤੋਂ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ। ਸੋ ਸਭ ਤੋਂ ਪਹਿਲਾਂ ਅਸੀਂ ਮਹਾਨ ਪਰਮੇਸ਼ਵਰ ਦਾ ਜ਼ੋਰਦਾਰ ਤਾੜੀਆਂ ਦੇ ਨਾਲ ਧੰਨਵਾਦ ਕਰਦੇ ਹਾਂ ਅੱਜ ਦੇ ਸਮੇਂ ਦੇ ਲਈ ਕਿ ਪਰਮੇਸ਼ਵਰ ਨੇ ਸਾਨੂੰ ਬਖਸ਼ਿਆ ਕਿ ਅਸੀਂ ਇਕੱਠੇ ਹੋ ਕੇ ਉਸਦੇ ਨਾਮ ਦੀ ਸਤੁਤੀ ਅਤੇ ਵਡਿਆਈ ਕਰ ਸਕੀਏ। ਸੋ ਉਸਦੇ ਨਾਲ ਹੀ ਮੈਂ ਧੰਨਵਾਦ ਕਰਦੀ ਹਾਂ ਕਾਦੀਆਂ ਪੈਰਿਸ਼ ਦੇ ਪੈਰਿਸ਼ ਪ੍ਰਿਸਟ ਰੈਵਰੈਂਡ ਫਾਦਰ ਕਿਰਨ ਜੀ ਦਾ, ਜਿਨ੍ਹਾਂ ਨੇ ਆਪਣੇ ਪੈਰਿਸ਼ਨਰਸ ਨੂੰ ਇੱਥੇ ਘੱਲਿਆ ਕਿ ਉਹ ਬਿਬਲੀਕਲ ਗੇਮ ਸ਼ੋਅ ਦੇ ਵਿੱਚ ਪਾਰਟੀਸਪੇਟ ਕਰ ਸਕਣ। ਸੋ ਅਸੀਂ ਜ਼ੋਰਦਾਰ ਤਾੜੀਆਂ ਦੇ ਨਾਲ ਫਾਦਰ ਜੀ ਦਾ ਵੀ ਧੰਨਵਾਦ ਕਰਦੇ ਹਾਂ। ਉਸਦੇ ਨਾਲ ਹੀ ਮੈਂ ਧੰਨਵਾਦ ਕਰਦੀ ਹਾਂ ਮਕਸੂਦਾ ਪੈਰਿਸ਼ ਦੇ ਪੈਰਿਸ਼ ਪ੍ਰਿਸਟ ਰੈਵਰੈਂਡ ਫਾਦਰ ਗਿਰੀਸ਼ ਜੀ ਦਾ, ਜਿਨ੍ਹਾਂ ਨੇ ਆਪਣੇ ਪੈਰਿਸ਼ਨਰਸ ਨੂੰ ਇਸ ਸ਼ੋਅ ਦੇ ਵਾਸਤੇ ਘੱਲਿਆ। ਸੋ ਅਸੀਂ ਜ਼ੋਰਦਾਰ ਤਾੜੀਆਂ ਦੇ ਨਾਲ ਫਾਦਰ ਜੀ ਦਾ ਵੀ ਧੰਨਵਾਦ ਕਰਦੇ ਹਾਂ। ਉਸਦੇ ਨਾਲ ਹੀ ਮੈਂ ਧੰਨਵਾਦ ਕਰਦੀ ਹਾਂ ਪ੍ਰਾਰਥਨਾ ਭਵਨ ਟੀਵੀ ਦੇ ਡਾਇਰੈਕਟਰ ਰੈਵਰੈਂਡ ਫਾਦਰ ਮਾਰਟਿਨ ਸਾਦਿਕ ਜੀ ਦਾ, ਜਿਨ੍ਹਾਂ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਹੋ ਰਿਹਾ ਹੈ। ਸੋ ਅਸੀਂ ਜ਼ੋਰਦਾਰ ਤਾੜੀਆਂ ਦੇ ਨਾਲ ਫਾਦਰ ਜੀ ਦਾ ਵੀ ਧੰਨਵਾਦ ਕਰਦੇ ਹਾਂ। ਤੁਸੀਂ ਦੇਖ ਰਹੇ ਸੀ ਪ੍ਰਾਰਥਨਾ ਭਵਨ ਟੀਵੀ ਦਾ ਪ੍ਰੋਗਰਾਮ ਬਿਬਲੀਕਲ ਗੇਮ ਸ਼ੋਅ, ਹੋਸਟ ਗੀਤੂ ਪਾਲ ਦੇ ਨਾਲ। ਉਮੀਦ ਕਰਦੇ ਹਾਂ ਦੋਸਤੋ, ਤੁਹਾਨੂੰ ਇਹ ਐਪੀਸੋਡ ਵੀ ਬੇਹੱਦ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਗੀਤੂ ਪਾਲ ਨੂੰ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਓਨਲੀ ਔਨ ਪ੍ਰਾਰਥਨਾ ਭਵਨ ਟੀਵੀ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਬਾਪ ਖੁਦਾ ਦੇ ਨਗਮੇ ਗਾਵਾਂਗੇ, ਹਾਂ ਗਾਵਾਂਗੇ।
ਗੱਲਾਂ ਦੇ ਵਿੱਚੋਂ ਸਿੱਖਾਂਗੇ ਜਾਣਾਂਗੇ ਪੱਕਾ।